ब्यास दे रहन वाले किनारे समाज दे महंत आशा जी ने मालपुर तो आए शिंदा महंत दे खिलाफ कानूनी कार्रवाई दी मांग कीती है। उन्हां दा कहना है कि शिंदा महंत उन्हां दे इलाके दे विच आके उन्हां दे हक खो रहा है अते उन्हां दी वधाई मंगन दीआं थावां दे विच वी जाके दखलअंदाजी कर रहा है। उन्हां दा कहना है कि यह जगह उन्हां दे गुरु दादा ते गुरु पिता दे वलों उन्हां दे नाम कीती गई है जिस दे उत्ते शिंदा महंत आके कब्जा करना चाहुंदा है। हुण उन्हां दे वलों उस दे खिलाफ कानूनी कार्रवाई दी मंग कीती जा रही है। अमृतसर तो अज दी आवाज दे लई हरदेव प्रिंस दी रिपोर्ट। हांजी बाबा, तुहाडा नाम? आशा महंत जी। बाबा की गल की कहना चाहुंदे जिहड़ा कि शिंदे महंत तुहाडे नगैल तुहाडा इलाका कर रहा? देखो जी, शिंदा महंत मालपुर तो आया है, ਉੱਥੋਂ ਦੇ ਵੀ ਪਤਾ ਨਹੀਂ ਕੀ ਖੁਸਰਿਆਂ ਨੇ ਕਰਕੇ ਆਇਆ ਕੀ ਨਹੀਂ ਕਰਕੇ ਆਇਆ, ਅਤੇ ਜਿਨ੍ਹਾਂ ਨੇ 40-30 ਸਾਲਾਂ ਤੋਂ ਮੇਰੇ ਇਲਾਕੇ 'ਤੇ ਕਬਜ਼ਾ ਕਰ ਰੱਖਿਆ ਸੀ, ਜੰਗ ਬਹਾਦਰ ਪੱਪੂ ਉਹਨਾਂ ਦੇ ਕੋਲ ਰਹਿ ਰਿਹਾ ਸੀਗਾ। ਉਹਨਾਂ ਨੇ ਮੁੜ ਕੇ ਉਹ ਇਲਾਕਾ ਜਿਹੜੀ ਉਹ ਜਿਹੜੇ ਬਤਾਲਾ ਜਿਹੜਾ ਏਰੀਆ ਉਹ ਮੈਨੂੰ ਮੇਰੀ ਮਾਲਕੀ ਮੈਨੂੰ ਦੇ ਦਿੱਤੀ ਆ। ਉਸ ਤੋਂ ਬਾਅਦ ਇਹ ਛਿੰਦਾ ਜਿਹੜਾ ਕਿ ਉਹ ਸਰਪੰਚਣੀ ਦੇ ਨਾਲ ਰਲ ਕੇ, ਜਿਹੜੀ ਗੁੱਡੀ ਸਰਪੰਚਣੀ ਆ, ਉਹਨਾਂ ਰਲ ਕੇ ਮੇਰੇ ਇਲਾਕੇ 'ਤੇ ਕਬਜ਼ਾ ਕਰ ਰਿਹਾ, ਧੱਕੇਸ਼ਾਹੀ ਕਰ ਰਿਹਾ, ਜ਼ਬਰਦਸਤੀ ਮੇਰੇ ਇਲਾਕੇ 'ਤੇ ਵਧਾਈਆਂ ਲੈ ਰਿਹਾ। ਅਤੇ ਦੇਖੋ ਜੀ, ਮੇਰੇ ਨਿੱਕੇ ਨਿੱਕੇ ਮੰਤ ਆ, ਪੂਰੀ ਬਿਆਦਰੀ ਦਾ ਮੈਂ ਸੰਬੰਧਿਤ ਮੰਤ ਹਾਂ, ਚਾਹੇ ਜਿੰਨੀਆਂ ਵੀ ਮਾਈਆਂ ਇੱਧਰ ਦੀਆਂ ਹਿੰਦੁਸਤਾਨ ਦੀਆਂ ਸਾਰੀਆਂ ਨੂੰ ਮੇਰਾ ਪਤਾ ਕਿ ਮੈਂ ਯੱਦੀ ਮੰਤ ਬੈਠੀ ਹੋਈ ਹਾਂ ਮਹਿਤਾਬਕੋਟ ਗੱਦੀ ਦੇ ਉੱਤੇ ਬਿਆਸ 'ਤੇ। ਬਾਬਾ, ਜਿਹੜਾ ਸ਼ਿੰਦਾ ਮੰਤ ਆ, ਇਹ ਪ੍ਰੋਪਰ ਖੁੰਸਾ ਟਾਈਪ ਆ ਕਿ ਜੇ ਬਾਅਦ 'ਚ ਬੰਦੇ ਤੋਂ ਖੁਸਰਾ ਬਣਿਆ ਹੋਇਆ? ਨਹੀਂ ਜੀ, ਸਾਨੂੰ ਇਸ ਬਾਰੇ ਤਾਂ ਇਹਦਾ ਮੈਨੂੰ ਰੀਜ਼ਨ ਨਹੀਂ ਪਤਾ ਵੀ ਪ੍ਰੋਪਰ ਆ ਕਿ ਨਹੀਂ ਪ੍ਰੋਪਰ, ਬਾਕੀ ਹੈ ਇਹ ਨਕਲੀ ਆ, ਅਸਲੀ ਨਹੀਂ ਹੈਗਾ। ਸ਼ਿੰਦੋ ਜਿਹੜੀ ਸਰਪੰਚ ਨਹੀਂ ਹੈਗੀ ਗੁੱਡੀ, ਉਹਦੀ ਕੀ ਇਨਵੋਲਵਮੈਂਟ ਹੈ ਇਸ? ਉਹਦੀ ਦੇਖੋ ਜੀ, ਉਹਦੇ ਘਰ ਆਟਾ ਖੰਡ ਮਿੱਠਾ ਹੁੰਦਾ, ਲੂਣ ਤੇਲ ਆਉਂਦਾ ਵਾ, ਸੂਟ ਆਉਂਦੇ ਨੇ, ਅਤੇ ਧੱਕੇ ਨਾਲ ਕਰਕੇ ਹਰਾਸਮੈਂਟ ਕਰਕੇ ਧੱਕੇ ਨਾਲ ਕਬਜ਼ਾ ਕਰਕੇ ਬੈਠੀ ਆ। ਉਹਨੂੰ ਬਾਬੇ ਨੂੰ ਆਪਣੇ ਘਰ ਰੱਖ ਕੇ ਵਧਾਈਆਂ ਅਤੇ ਮੰਗਣ ਭੇਜਦੀ, ਨਾਲ ਆਪਣਾ ਪੁੱਤਰ ਭੇਜਦੀ ਆ ਸਿਕੰਦਰ, ਨਾਲ ਉਹ ਬਾਬਾ ਜਾਂਦਾ ਛਿੰਦਾ ਜਿਹੜਾ ਵਾ। ਛਿੰਦਾ ਬਾਬਾ ਵਾ, ਮਤਲਬ ਕਿਸੇ ਡੇਰੇ 'ਤੇ ਨਾ ਰਹਿ ਕੇ ਉਹ ਗੁੱਡੀ ਸਰਪੰਚੀ ਦੇ ਘਰ 'ਚ ਰਹਿ ਰਿਹਾ? ਹਾਂਜੀ, ਕਿਸੇ ਡੇਰੇ 'ਤੇ ਨਹੀਂ ਰਹਿ ਰਿਹਾ, ਕਿਸੇ ਗੁਰੂ ਕੋ ਨਹੀਂ ਰਹਿ ਰਿਹਾ, ਕਿਸੇ ਪੀਰ ਕੋ ਨਹੀਂ ਰਹਿ ਰਿਹਾ, ਕਿਸੇ ਚੇਲੇ ਕੋ ਨਹੀਂ ਰਹਿ ਰਿਹਾ, ਕਿਸੇ ਬਾਲੇ ਕੋ ਨਹੀਂ ਰਹਿ ਰਿਹਾ, ਉਹ ਕਿ ਸਰਪੰਚਣੀ ਦੇ ਘਰ ਰਹਿ ਕੇ ਧੱਕੇ ਨਾਲ ਜ਼ਬਰਾ ਕਰ ਰਿਹਾ। ਤੁਸੀਂ ਅੱਜ ਐਸ ਐਸ ਪੀ ਸਾਹਿਬ ਨੂੰ ਮਿਲੇ, ਕੀ ਆਸਵਾਸ਼ਨ ਦਿੱਤਾ ਉਹਨਾਂ ਨੇ? ਉਹਨਾਂ ਨੇ ਜੀ ਮੈਨੂੰ ਪੂਰਾ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਤੁਹਾਡਾ ਹੱਕ ਦਿੱਤਾ ਜਾਊਗਾ, ਤੁਹਾਨੂੰ ਤੁਹਾਡਾ ਹੱਕ ਮਿਲੇਗਾ। ਔਰ ਮੈਨੂੰ ਬਿਆਦਰੀ ਨੇ ਵੀ ਮੇਰੀ ਨੇ ਮੈਨੂੰ ਕਿਹਾ ਵੀ ਤੈਨੂੰ ਤੇਰਾ ਹੱਕ ਮਿਲਿਆ ਜਾਏਗਾ, ਤੇ ਨਾ ਧੱਕਾ ਨਹੀਂ ਹੋਏਗਾ, ਕਿਉਂਕਿ ਪਹਿਲੋਂ ਇਸ ਤੋਂ ਪਹਿਲੋਂ ਮੇਰੇ ਗੁਰੂ ਮਾਲਕ ਸੀ ਪੂਜਾ, ਉਹ ਮਾਲਕ ਸੀ, ਉਸ ਤੋਂ ਬਾਅਦ ਉਹਨਾਂ ਦੇ ਮਰਨ ਤੋਂ ਬਾਅਦ ਇਹਨਾਂ ਨੇ ਮੇਰੇ ਇਲਾਕੇ 'ਤੇ ਕਬਜ਼ਾ ਕਰ ਲਿਆ ਅਤੇ ਮੰਗਦਾ ਰਿਹਾ ਉਹ ਜੰਗ ਬਹਾਦਰ ਪੱਪੂ। ਹੁਣ ਉਹਨੇ ਮੈਨੂੰ ਇਹ ਇਲਾਕਾ ਜਿਹੜਾ ਮੈਨੂੰ ਸੌਂਪ ਦਿੱਤਾ ਵਾ, ਵਾਪਸ ਦੇ ਚੁੱਕਾ ਮੈਨੂੰ, ਮੈਨੂੰ ਮਾਲਕ ਦੀ ਮਾਲਕਦਾਰੀ ਦੇ ਦਿੱਤੀ ਆ, ਪਰ ਇਹ ਹੁਣ ਸਰਪੰਚ ਨਹੀਂ, ਇੱਕ ਮਾਲਪੁਰ ਤੋਂ ਬਾਬਾ ਆ ਕੇ ਮੇਰੇ ਧੱਕੇ ਨਾਲ ਇਲਾਕੇ ਦੇ ਉੱਤੇ ਕਬਜ਼ਾ ਕਰ ਰਿਹਾ। ਕਿੰਨੀ ਦੇਰ ਤੋਂ ਜਿਹੜੇ ਸਰਪੰਚ ਨੇ ਅਤੇ ਛਿੰਦੇ ਨੇ ਕਿੰਨੀ ਦੇਰ ਤੋਂ ਕਬਜ਼ਾ ਕਰ ਰੱਖਿਆ ਤੁਹਾਡੇ ਇਲਾਕੇ 'ਤੇ? ਕੋਈ 4 ਮਹੀਨੇ ਹੋ ਗਿਆ ਜੀ, 4 ਮਹੀਨੇ। ਲੱਗਦਾ ਕਿ ਤੁਹਾਡੇ ਸਮਾਜ ਦੇ ਵਿੱਚ ਇਹ ਚੀਜ਼ਾਂ ਲੋਟ ਆ ਗਈਆਂ ਕਿ ਸਰਪੰਚ ਜਿਹੜਾ ਵਾ ਕਿਸੇ ਵੀ ਖੁਸਰੇ ਨੂੰ ਕੋਈ ਅਧਿਕਾਰ ਨਹੀਂ? ਜੀ, ਸਾਡੇ ਕਿਸੇ ਵੀ ਵਰਲਡ ਦੇ ਜਿੰਨੇ ਵੀ ਸਾਡੇ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਕਿੰਨਰ ਬੈਠੇ ਨੇ, ਕਿਸੇ ਸਰਪੰਚ ਨੂੰ ਇਹ ਲੋਟ ਨਹੀਂ ਹੈਗਾ ਕਿ ਕਿਸੇ ਵੀ ਫਕੀਰ ਦਾ ਇਲਾਕਾ ਜੋ ਮੰਗਣ ਖਾਣ ਵਾਲਾ ਕਿਸੇ ਹੋਰ ਬਾਬੇ ਨੂੰ ਦਿੱਤਾ ਜਾਵੇ। ਦੇਖੋ ਜੀ, ਹਜ਼ਾਰਾਂ ਹੀ ਸਰਪੰਚ, ਲੱਖਾਂ ਹੀ ਸਰਪੰਚ ਹੁੰਦੇ ਨੇ, ਕਿਸੇ ਨੂੰ ਕੋਈ ਲੋਟ ਨਹੀਂ ਹੈਗਾ। ਇਹ ਸਾਡੇ ਗੁਰੂ ਪੀਰ ਜਿਹੜੇ ਸਾਡੇ ਮਾਲਕ ਹੁੰਦੇ, ਸਾਡੇ ਬਜ਼ੁਰਗ ਹੁੰਦੇ, ਵੱਡ ਵਡੇਰੇ ਹੁੰਦੇ, ਉਹ ਸਾਨੂੰ ਇਲਾਕਾ ਦੇ ਸਕਦੇ। ਅਸੀਂ ਗਾਂ ਵਸੀਅਤ ਆਪਣੇ ਚੇਲਿਆਂ ਨੂੰ ਦੇ ਸਕਦੀ, ਚੇਲੇ ਸਾਡੇ ਵਸੀਅਤ ਗਾੜੀ ਸਾਡੇ ਪੋਤੇ ਚੇਲਿਆਂ ਨੂੰ ਦੇ ਸਕਦੇ, ਕਿਸੇ ਨੂੰ ਹੋਰ ਨੂੰ ਅਥਾਰਟੀ ਨਹੀਂ ਜੀ ਇਲਾਕਾ ਦੇਣ ਦੀ, ਕਬਜ਼ੇ ਕਰਾਉਣ ਦੀ। ਤੁਸੀਂ ਇਸ ਸੰਬੰਧੀ ਜਿਹੜਾ ਵਾ ਗੁੱਡੀ ਸਰਪੰਚਨੀ ਜਾਂ ਉਹਦੇ ਜਿਹੜੇ ਨਾਲ ਬੰਦੇ ਆ ਉਹਨਾਂ ਬਾਰੇ ਜਿਹੜੀ ਆ ਪੰਜਾਬ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਉਹਦੇ ਖਿਲਾਫ? ਮੈਂ ਜਿੰਨੇ ਵੀ ਪੰਜਾਬ ਦੀ ਸਰਕਾਰ ਹੈਗੀ ਆ, ਪੁਲਿਸ ਜਿੰਨੀ ਵੀ ਪੁਲਿਸ ਮੁਲਾਜ਼ਮ ਨੇ, ਉਹ ਸਾਰਿਆਂ ਗੜੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੇਰਾ ਇਲਾਕਾ, ਮੇਰੇ ਕੋਲ ਨਿੱਕੇ ਨਿੱਕੇ ਬਾਬੇ ਨੇ, ਇੱਕ ਦਾ ਨਾਂ ਅੰਸ਼ਪ੍ਰੀਤ ਹੈ, ਇੱਕ ਨਾਂ ਸਿਮਰਜੀਤ ਕੌਰ ਆ, ਦੋਨੇ ਬਾਬੇ ਮੈਂ ਛੋਟੇ ਛੋਟੇ 13-13 ਦਿਨਾਂ ਦੇ ਪਾਲੇ ਆ, ਪੂਰੇ ਸਾਡੇ ਜਿੰਨੇ ਮਾਝੇ ਦੇ ਕਿਨਰੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ, ਹਿੰਦੁਸਤਾਨ ਦੇ ਜਿੰਨੇ ਬਾਬੇ ਉਹਨਾਂ ਨੂੰ ਵੀ ਪਤਾ ਵੀ ਇੱਕੋ ਨਿੱਕੇ ਨਿੱਕੇ ਬੱਚੇ ਹੈਗੇ ਨੇ, ਇਹ ਧੱਕਾ ਕਰ ਰਹੇ ਨੇ, ਮੇਰੇ ਬੱਚਿਆਂ ਦੀ ਰੋਟੀ ਖੋ ਰਹੇ ਨੇ। ਸਰਕਾਰ ਅੱਗੇ, ਅਫਸਰ ਅੱਗੇ, ਜਿੰਨੇ ਵੀ ਜਿੰਨੇ ਅਫਸਰ ਨੇ, ਸਭ ਦੇ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਕਿ ਮੈਨੂੰ ਇਨਸਾਫ ਚਾਹੀਦਾ, ਮੈਨੂੰ ਹੱਕ ਦਵਾਇਆ ਜਾਵੇ। ਤੁਸੀਂ ਆਪਣੇ ਸਮਾਜ ਦੇ ਜਿਹੜੇ ਕੁਝ ਬੰਦੇ ਲੈ ਕੇ ਸਰਪੰਚ ਜੀ ਨਾਲ ਗੱਲ ਕਰਨੀ ਚਾਹੀਦੀ, ਉਹ ਧੱਕਾ ਕਰ ਰਹੀ ਹੈ? ਨਹੀਂ ਜੀ, ਗਏ ਸੀ, ਇੱਕ ਵਾਰ ਭੇਜਿਆ ਸੀ, ਮੈਂ ਆਪਣੇ ਬੱਚਿਆਂ ਨੂੰ ਭੇਜਿਆ ਸੀ, ਮੇਰੇ ਮੁੰਡੇ ਦੇ ਚਪੇੜਾ ਮਾਰ ਕੇ ਉਹਨੂੰ ਉਠਾਤਾ ਜੀ, ਮੁੰਡਾ ਹਜੇ ਤੱਕ ਮੇਰੇ ਘਰੇ ਨਹੀਂ ਆਇਆ। ਸਰਪੰਚ ਜਿਹੜੀ ਇਸ ਕਦਰ ਹਿੰਸਕ ਹੋ ਚੁੱਕੀ ਹੈ ਜਿਹੜੀ ਕਿ ਮਤਲਬ ਕਿਸੇ ਦੀ ਕੋਈ ਸਮਝ, ਹਾਂਜੀ, ਕਿਸੇ ਦੀ ਕੋਈ ਸਮਝਦੀ ਨਹੀਂ ਉਹ। ਅਸੀਂ ਸਮਝਾਉਣਾ ਵੀ ਚਾਹੁੰਦੇ ਹਾਂ, ਮੈਂ 2-4 ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਭੈਣ ਜੀ, ਦੀਦੀ ਜੀ, ਅਸੀਂ ਤੁਹਾਡੇ ਫਕੀਰ ਹੁੰਦੇ ਹਾਂ, ਇਹ ਚਲੋ ਕੋਈ ਗੱਲ ਨਹੀਂ, ਜੇ ਇਹਨੇ ਰਹਿਣਾ ਵਾ ਜਾਂ ਕਿੱਦਾਂ ਕਰਨੀ ਆ, ਅਤੇ ਇਹ ਮੇਰੇ ਨਾਲ ਕਨੈਕਟ ਰੱਖੇ, ਮੈਂ ਦੇ ਸਕਦੀ ਇਹਨੂੰ ਇਲਾਕਾ, ਛਿੰਦੇ ਨੂੰ ਕੋਈ ਹੋਰ ਥੋੜ੍ਹੀ ਦੇ ਸਕਦਾ, ਜੇ ਇਹਨੇ ਮੰਗਣਾ ਸਾਡੇ ਕੋਲ ਮੰਤਾ ਕੋ ਕਿੰਨਰਾ ਕੋ ਮੰਗੇ, ਜਨਾਨੀ ਥੋੜ੍ਹੀ ਨਾ ਦੇ ਸਕਦੀ ਹੈ। ਇਸ ਬੇਸ 'ਤੇ ਉਹਨੇ ਮੈਨੂੰ ਗਾਲਾਂ ਕੱਢੀਆਂ, ਮੇਰੀ ਬੇਇੱਜ਼ਤੀ ਕੀਤੀ, ਉਹਦੀ ਬਕਾਇਦਾ ਮੇਰੇ ਕੋਲ ਰਿਕਾਰਡਿੰਗ ਪਈ ਹੈ ਜੀ। ਧੰਨਵਾਦ ਜੀ। ਸ਼ਿੰਦਾ ਮਹੰਤ ਜੀ ਇੱਥੇ ਹੋ ਗਿਆ ਨਾ ਮੇਰੇ ਖਿਆਲ 'ਚ 30-35 ਸਾਲ ਹੋ ਚੁੱਕੇ ਆ ਮੈਨੂੰ, ਸਾਰੀ ਪੱਪੂ ਪ੍ਰਧਾਨ ਕੋਲ ਜੀ ਮੈਨੂੰ ਹੋ ਗਏ
20 25 साल ਕਪਲ ਦੇ ਜਾਦੇ ਹੋਏ ਪਹਿਲਾਂ ਮੈਂ ਗੇੜੇ ਗੂੜੇ ਮਾਰ ਦਿੰਦੇ ਆ ਟੋਪੀ ਹੋਣੀ ਮਾਲਪੁਰ ਨੂੰ ਸਾਰੇ ਗੇੜੇ ਮਾਰਦੇ ਸੀ ਅਸੀਂ ਇਕੱਠੇ ਹੁੰਦੇ ਜਾਂਦੇ ਸੀ ਪੱਪੂ ਪ੍ਰਧਾਨ ਨੇ ਰੱਖਿਆ ਮੈਨੂੰ ਅਸੀਂ ਰਹਿੰਦੇ ਰਹੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਹੋਈ ਅੱਜ ਤੱਕ ਕੁਛ ਨਹੀਂ ਹੋਇਆ ਫਿਰ ਹੁਣ ਇੰਡ 'ਤੇ ਆ ਕੇ ਪੱਪੂ ਪ੍ਰਧਾਨ ਨਾਲ ਬਿਆਸ ਵਾਲੇ ਵੀ ਲੜਨ ਲੱਗ ਗਏ ਦੂਸਰੇ ਵੀ ਲੜਨ ਲੱਗ ਗਏ ਇਹ ਕਹਿੰਦਾ ਮੈਂ ਤਾਂ ਚੱਲਿਆ ਆਪਣਾ ਘੁਮਾਣੀ ਆਹ ਪਿੰਡ ਮੈਂ ਛੱਡਤੇ ਆ ਆਹ ਪਿੰਡ ਮੈਂ ਛੱਡਤੇ ਮੈਂ ਤਾਂ ਮੰਗੂ ਘੁਮਾਉਣਾ ਤੂੰ ਸ਼ਿੰਦੇ ਮੰਤਰੀ ਜੀ ਜਿੱਥੇ ਮਰਜ਼ੀ ਜਾ ਨਾ ਜਾ ਫਿਰ ਮੈਨੂੰ ਸਰਪੰਚਾਂ ਨੇ ਸੰਗਤ ਨੇ ਥੋੜ੍ਹਾ ਬਹੁਤਾ ਸਾਥ ਦਿੱਤਾ ਵੀ ਬਾਬਾ ਤੂੰ ਨਹੀਂ ਜਾਣਾ ਤੂੰ ਇੱਥੇ ਹੀ ਰਹਿਣਾ ਬਲਜੀਤ ਨੇ ਕਿਹਾ ਬਾਬਾ ਆ ਜਾ 15-15 ਫੋਨ ਮੈਨੂੰ ਜਾਂਦੇ ਮੈਂ ਸ਼ਹਿਰ ਰਹਿੰਦਾ ਸੀ ਪੱਪੂ ਦੇ ਕੋਲੇ 15-15 ਬਾਬਾ ਜੀ ਆ ਜਾ ਲਿਖਵਾ ਲਾ ਸਰਪੰਚ ਤੈਨੂੰ ਲਿਖ ਕੇ ਤਿਆਰ ਹੈ ਲਿਖ ਕੇ ਦੇਣ ਨੂੰ ਤਿਆਰ ਹੈ ਹਾਂਜੀ ਹਮ ਜੰਡਾ ਵਾਲਾ ਪਿੰਡ ਹੈ ਜੀ ਕੱਲੇ ਕੱਲੇ ਹੈਗੇ ਚਾਚੇ ਤਾਏ ਆ ਉਹਨਾਂ ਦੇ ਪੋਤਾ ਹੋਰ ਸਾਡਾ ਕੁਛ ਨੀ ਇੱਕ ਪੈਣਾ ਬਸ ਇਹਦੇ ਮੁੱਖ ਕਾਰਨ ਕੀ ਹੋ ਸਕਦਾ ਜਿਹੜੇ ਤੁਹਾਡੇ ਨਾਲ ਅਜੇ ਪ੍ਰੋਬਲਮ ਆ ਜਿਹੜੇ ਤੁਹਾਡੇ ਨਾਲ ਆ ਰਹੀਆਂ ਵਾ ਕੀ ਕਾਰਨ ਹੋ ਸਕਦਾ ਕਿ ਕਿਉਂ ਤੁਹਾਡੇ ਜਿੰਨਾ ਵੈਰ ਤੇ ਇਹ ਤਾਂ ਜੀ ਹੁਣ ਕੋਈ ਜਾਣਦਾ ਪਰਮਾਤਮਾ ਜਾਣਦਾ ਆ ਪਿੰਡਾਂ ਪਿੱਛੇ ਜੀ ਭੁੱਖੇ ਆ ਆਸ਼ਾ ਕੋਲੇ ਕਿਤੇ ਥੋੜੇ ਪਿੰਡ ਆ ਬਥੇਰੇ ਪਿੰਡ ਆ ਭੁੱਖੀ ਆ